ਅਸਲਾਮ ਅਲੈਕੁਮ ਦੋਸਤੋ, ਕੀ ਹਾਲ ਚਾਲ ਸਾਰਿਆਂ ਦਾ? ਉਮੀਦ ਕਰਦਾ ਸਾਰੇ ਖੈਰੀਅਤ ਨਾਲ ਹੋਵੋਗੇ। ਗੱਲ ਨਹੀਂ, ਹੁਣ ਅੱਜ ਦਾ ਜਿਹੜਾ ਨੁਸਖਾ ਆਪਾਂ ਬਗੈਰ ਕਿਸੇ ਵਜੂਹਾਤ ਤੋਂ ਸ਼ੁਰੂ ਕਰਦੇ ਹਾਂ। ਨੁਸਖਾ ਇਹ ਵਾ ਕਿ ਰਾਣੀਖੇਤ ਜਦੋਂ ਪੈਂਦੀ ਹੈ ਉਦੋਂ ਦੀ ਮਰਜ਼ ਦੀ ਦਵਾ, ਸਾਰੇ ਮੁਰੱਕਬਾਤ, ਜਿੰਨੀਆਂ ਬਿਮਾਰੀਆਂ ਸਾਰੀਆਂ ਮੁਰੱਕਬਾਤ ਦੀ ਸਿਰਫ ਇੱਕ ਦਵਾ ਜੀ ਤਿਆਰ ਕੀਤੀ ਹੈ। ਅੱਲਾਹ ਦੇ ਫਜ਼ਲੋ ਕਰਮ ਨਾਲ ਪਹਿਲੇ ਐਕਸਪੈਰੀਮੈਂਟ ਕੀਤੀ ਹੈ। ਪਿਛਲੇ ਹਫ਼ਤੇ ਹੀ ਵੀਡੀਓ ਆ ਜਾਣੀ ਸੀ, ਲੇਕਿਨ ਪਹਿਲੇ ਮੈਂ ਐਕਸਪੈਰੀਮੈਂਟ ਇਹਦਾ ਤਜਰਬਾ ਕੀਤਾ। ਇਹਨੇ ਕਾਫ਼ੀ ਬਹੁਤ ਜ਼ਿਆਦਾ ਅੱਛਾ 90 ਯਾਨੀ ਕਿ ਇੱਕ ਉੱਤੋਂ ਘਟੀ ਹੋਵੇ ਤਾਂ ਇੱਕ ਲਹਿਦਾ ਗੱਲ ਹੈ। ਜਾਨਵਰ ਅਗਰ ਉੱਤੋਂ ਘਟੀ ਨਾ ਹੋਵੇ ਤਾਂ ਪਰਿੰਦਾ ਤੁਹਾਡਾ ਜਾਂ ਜਾਨਵਰ ਕੋਈ ਵੀ ਚੀਜ਼ ਹੈ ਉਹ ਨਹੀਂ ਮਰੇਗਾ ਇਨਸ਼ਾਅੱਲਾ ਤਾਲਾ, ਅਗਰ ਉੱਤੋਂ ਦੀ ਮੌਤ ਨਹੀਂ ਲਿਖੀ ਹੋਈ ਤਾਂ। ਅਤੇ ਮੀਨਸ ਕਿ ਜਿੰਨੀਆਂ ਵੀ ਚੀਜ਼ਾਂ ਨੇ ਇਹ ਸਾਰੀਆਂ ਆਪਾਂ ਅੱਜ ਤਿਆਰ ਇੱਕ ਇਹਨਾਂ ਚੀਜ਼ਾਂ ਨੂੰ ਮਿਲਾ ਕੇ ਮੈਡੀਸਨ ਨੇ ਇਹਨਾਂ ਸਾਰੀਆਂ ਮੈਡੀਸਨ ਨੂੰ ਮਿਲਾ ਕੇ ਇੱਕ ਮੈਡੀਸਨ ਤਿਆਰ ਕੀਤੀ ਹੈ। ਅਤੇ ਉਹ ਯਕੀਨਨ ਸ਼ਾਇਦ ਅੱਲਾ ਕਰੇ ਪਹਿਲਾਂ ਵੀ ਲੋਕਾਂ ਨੂੰ ਪਤਾ ਹੋਵੇ, ਲੇਕਿਨ ਅੱਜ ਮੈਂ ਇਨਸ਼ਾਅੱਲਾ ਤਾਲਾ ਤੁਹਾਨੂੰ ਨੁਸਖਾ ਇੱਕ ਦੱਸਣ ਲੱਗਾ। ਇਹ ਦੋਸਤੋ ਆਪਣੇ ਕੋਲ ਐਥਰੋਸਿਨ, ਅਗਰ ਕਲੀਅਰ ਨਜ਼ਰ ਆ ਸਕੇ। ਮੈਂ ਸਕਰੀਨ 'ਤੇ ਲਿਖ ਦਿਆਂਗਾ, ਐਥਰੋਸਿਨ ਹੈ, ਐਸ ਕਲਰ ਦੀ ਗੋਲੀ ਹੁੰਦੀ ਹੈ, ਐਥਰੋਸਿਨ ਲੈ ਲੈਣੀ। ਉਸ ਤੋਂ ਬਾਅਦ ਜਨਾਬ ਫਲੈਜਲ, ਉਲਟਾ ਲਿਖਣ ਨਜ਼ਰ ਆ ਰਿਹਾ ਹੈਗਾ, ਫਲੈਜਲ ਲੈ ਲੈਣੀ, ਐਸ ਕਲਰ ਦੀ ਗੋਲੀ ਫਲੈਜਲ ਲੈ ਲੈਣੀ। ਉਸ ਤੋਂ ਬਾਅਦ ਜਨਾਬ ਬਰੂਫਨ ਦੀ ਗੋਲੀ ਲੈ ਲੈਣੀ, ਇਸ ਤਰ੍ਹਾਂ ਦੀ ਬਰੂਫਨ ਦੀ ਗੋਲੀ, ਇਹ ਬਰੂਫਨ ਦੀ ਗੋਲੀ ਲੈ ਲੈਣੀ। ਉਸ ਤੋਂ ਬਾਅਦ ਜਨਾਬ ਪੈਨਾਡੋਲ ਹੈ, ਪੈਨਾਡੋਲ ਹੈ ਕਿ ਦਰਦਾਂ ਵਗੈਰਾ ਤੇ ਹੋ ਗਈ। ਤੁਸੀਂ ਕੀ ਕਰਨਾ, ਪਰਿੰਦਿਆਂ ਦੇ ਹਿਸਾਬ ਨਾਲ ਇਹ ਗੋਲੀਆਂ ਲੈ ਲੈਣੀਆਂ। ਅਗਰ ਕਾਫ਼ੀ ਪਰਿੰਦੇ ਨੇ ਤਾਂ ਉਸ ਹਿਸਾਬ ਨਾਲ, ਫੋਰ ਇਗਜ਼ਾਮਪਲ ਅਗਰ ਕਿਸੇ ਕੋਲ 10 ਬਰਡਸ ਨੇ, 10 ਬਰਡਸ 20 ਲਗਾ ਲਓ, ਕਾਫ਼ੀ ਲੋਕਾਂ ਕੋਲ ਜ਼ਿਆਦਾ ਨੇ, ਅਤੇ 20 ਲਗਾ ਲਓ। ਅਗਰ ਕਿਸੇ ਕੋਲ 20 ਵੱਡੇ ਪਰਿੰਦੇ ਨੇ ਅਤੇ ਚੂਜ਼ੇ ਜਾਂ ਪਰਿੰਦੇ ਅਤੇ ਮੁਰਗੇ, ਇਹ ਤੁਸੀਂ ਇੱਕ ਪੱਤਾ ਲੈ ਲੈਣਾ। ਉਸ ਤੋਂ ਬਾਅਦ ਬਰੂਫਨ ਦਾ ਇੱਕ ਪੱਤਾ ਲੈ ਲੈਣਾ, ਇਹ ਬਰੂਫਨ ਦਾ ਇੱਕ ਪੱਤਾ ਲੈ ਲੈਣਾ, ਨਾਲ ਉਹਦੇ ਲੈ ਲੈਣਾ ਤੁਸੀਂ ਫਲੈਜਲ ਦਾ ਇੱਕ ਪੱਤਾ, ਨਾਲ ਉਹਦੇ ਤੁਸੀਂ ਪੈਨਾਡੋਲ ਦਾ ਇੱਕ ਪੱਤਾ। ਅਤੇ ਮੇਰੇ ਜਾਨਵਰਾਂ ਨੂੰ ਇਸ ਵਕਤ ਰਾਣੀਖੇਤ ਅਟਰੈਕਟ ਕਰਦੀ ਹੈ, ਜਿਹਦੀ ਵਜ੍ਹਾ ਤੋਂ ਉਹਨਾਂ ਦਾ ਗਲਾ ਪਹਿਲਾਂ ਕਾਫ਼ੀ ਖਰਾਬ ਹੋ ਚੁੱਕਿਆ, ਜਿਹਦੀ ਵਜ੍ਹਾ ਤੋਂ ਮੈਂ ਐਥਰੋਸਿਨ ਦਾ ਪੂਰਾ ਪੱਤਾ ਡਾਲ ਰਿਹਾ। ਇਹ ਤੁਸੀਂ ਨੋਟ ਕਰ ਲਿਆ ਜੇ ਕਿ ਜਿਹੜੀ ਚੀਜ਼ ਤੁਹਾਡੇ ਜਾਨਵਰਾਂ ਦੇ ਵਿੱਚ ਜ਼ਿਆਦਾ ਹੋਵੇ, ਮਸਲਨ ਗਲਾ ਖਰਾਬ ਹੈ ਤਾਂ ਤੁਸੀਂ ਐਥਰੋਸਿਨ ਜ਼ਿਆਦਾ ਡਾਲ ਲੈਣੀ ਹੈ, ਅਗਰ ਉਹਨਾਂ ਨੂੰ ਬੁਖਾਰ ਹੈ ਜਾਂ ਫਿਰ ਕੋਈ ਵੀ ਕਿਸੇ ਕਿਸਮ ਦੀ ਤੁਸੀਂ ਮਹਿਸੂਸ ਕਰ ਰਹੇ ਹੋ ਨਾ ਵੀ ਕਿਹੜੀ ਚੀਜ਼ ਤੁਹਾਡੇ ਜਾਨਵਰਾਂ ਦੇ ਵਿੱਚ ਜ਼ਿਆਦਾ, ਤੁਸੀਂ ਉਹ ਗੋਲੀ ਵਧਾ ਦੇਣੀ। ਇਹ ਜਨਾਬ ਆਪਾਂ ਪਿਆਲੀ ਲੈ ਲਈ, ਉਸ ਤੋਂ ਬਾਅਦ ਬਰੂਫਨ ਆਪਾਂ ਨਿਕਾਲਣੀ, ਵੀਡੀਓ ਲੰਬੀ ਲਾਜ਼ਮੀ ਹੋਏਗੀ, ਲੇਕਿਨ ਇਨਸ਼ਾਅੱਲਾ ਤਾਲਾ ਅਗਰ ਤੁਸੀਂ ਪੂਰੀ ਦੇਖੋਗੇ ਤਾਂ ਇਹ ਬਹੁਤ ਜ਼ਿਆਦਾ ਮੁਫੀਦ ਹੋਏਗੀ। ਜੀ ਜਨਾਬ, ਤੇ ਆਪਣੀ ਦਵਾਈ ਹੈ ਤਿਆਰ ਹੋ ਚੁੱਕੀ ਹੈ, ਬਿਲਕੁਲ ਪਾਊਡਰ ਬਣ ਚੁੱਕਿਆ। ਅਤੇ ਹੁਣ ਇਹਦੇ ਵਿੱਚ ਆਪਾਂ ਸ਼ਾਮਿਲ ਕਰਨਾ, ਮੈਂ ਜੋ ਚੀਜ਼ ਤੁਹਾਨੂੰ ਦਿਖਾਉਂਦਾ ਵਾ ਜੀ। ਤੋਂ ਜਨਾਬ ਹੁਣ ਆਪਣੇ ਦੇ ਕੋਲ ਇਹ ਪਾਊਡਰ ਤਿਆਰ ਹੋ ਚੁੱਕਿਆ, ਨਾਲ ਆਪਾਂ ਲੈ ਕੇ ਆਏ ਆਟਾ, ਸੁੱਕਾ ਆਟਾ, ਕਣਕ ਦਾ ਆਟਾ, ਨਾਲ ਛੰਨੀ ਦੇ ਵਿੱਚ ਪਾਣੀ। ਹੁਣ ਇਹ ਤੁਸੀਂ ਮਿਕਦਾਰ ਦੇਖ ਸਕਦੇ ਜੇ ਕਿੰਨੀ ਕੁ ਹੈ। ਹੁਣ ਇਹਦੇ ਵਿੱਚ ਇੰਨਾ ਕੁ ਆਟਾ ਸ਼ਾਮਿਲ ਕਰਨਾ ਕਿ ਇਹਦੀਆਂ ਗੋਲੀਆਂ ਬਣ ਸਕਣ। ਤੁਸੀਂ ਅਗਰ ਤੁਹਾਡੇ ਚੂਜ਼ੇ ਨਹੀਂ ਆਏ, ਤੁਹਾਡੇ ਵੱਡਿਆਂ ਪਰਿੰਦਿਆਂ ਨੂੰ ਗਲਾ ਖਰਾਬ ਜਾਂ ਬਿਮਾਰ ਨੇ, ਤਾਂ ਤੁਸੀਂ ਪਰਿੰਦਿਆਂ ਦੇ ਹਿਸਾਬ ਨਾਲ ਗੋਲੀ ਦੇਣੀ। ਮਸਲਨ ਆਪਾਂ ਹੁਣ ਪੈਨਾਡੋਲ ਦੀ ਗੋਲੀ ਅਗਰ ਜਿਹੜਾ ਬੰਦਾ ਦਿੰਦਾ ਜਾਂ ਕੋਈ ਵੀ ਗੋਲੀ ਦਿੰਦਾ ਵਾ, ਤਾਂ ਉਹ ਪਰਿੰਦੇ ਦੇ ਹਿਸਾਬ ਨਾਲ ਦਿੰਦਾ ਵੀ ਇਹਨੂੰ ਕਿੰਨੀ ਕੁ ਗੋਲੀ ਅੱਛੀ ਹੈ। ਤੁਸੀਂ ਉਸ ਹਿਸਾਬ ਨਾਲ ਪਰਿੰਦੇ ਦੇ ਹਿਸਾਬ ਨਾਲ ਗੋਲੀ ਬਣਾ ਲੈਣੀ ਹੈ ਸਾਇਜ਼ ਗੋਲੀ ਦਾ। ਅਤੇ ਮੈਂ ਇਹਦੇ ਕੋਲ ਚੂਜ਼ੇ ਵੀ ਨੇ, ਛੋਟੇ ਤੋਂ ਲਾ ਕੇ ਵੱਡੇ ਤੱਕ ਸਾਰੀ ਉਮਰਾਂ ਦੇ ਨੇ, ਅਤੇ ਮੈਂ ਇਸ ਲਈ ਛੋਟੀਆਂ ਵੀ ਗੋਲੀਆਂ ਬਣਾਵਾਂਗਾ ਅਤੇ ਵੱਡੀਆਂ ਵੀ ਗੋਲੀਆਂ ਬਣਾਵਾਂਗਾ। ਅਤੇ ਹੁਣ ਆਪਾਂ ਸ਼ੁਰੂ ਕਰ ਲੈਂਦੇ ਹਾਂ। ਇਹਦੇ ਵਿੱਚ ਤੁਸੀਂ ਪਹਿਲਾਂ ਸ਼ਾਮਿਲ ਕਰਨਾ ਹੈ ਆਟਾ, ਪਹਿਲਾਂ ਮੈਂ ਥੋੜ੍ਹਾ ਜਿਹਾ ਆਟਾ ਸ਼ਾਮਿਲ ਕਰ ਲਿਆ, ਉਸ ਤੋਂ ਬਾਅਦ ਇਹਦੇ ਵਿੱਚ ਪਾਣੀ ਸ਼ਾਮਿਲ ਕਰਨਾ ਜੀ ਜਨਾਬ, ਉਸ ਤੋਂ ਬਾਅਦ ਇਹਦੇ ਵਿੱਚ ਪਾਣੀ ਸ਼ਾਮਿਲ ਕਰ ਲਿਆ। ਪਾਣੀ ਸ਼ੁਰੂ ਤੋਂ ਘੱਟ ਪਾਇਆ ਜੇ, ਬਾਅਦ ਦੇ ਵਿੱਚ ਪਾ ਲਿਆ ਜੇ, ਕਿਉਂਕਿ ਜੇ ਪਹਿਲਾਂ ਜ਼ਿਆਦਾ ਹੋ ਗਿਆ ਤਾਂ ਫਿਰ
तभी तुहानू ज्यादा पाना पैना, तो इस करके मसला उठाना जी। जनाब तुसी देख सकते जे प्याली इस तरह होगी, जिस तरह धोती होंगी, तो यह अपनी सारी दवाई बाहर आ गई है, तुसी इनू गौर नाल देख लो। तो हुणे नहीं आपां गोलियां बनानियां शुरू करनियां, हल्का जहा इत्थे सुख थोड़ा जहा आटा सिट लेना ताकि गोलियां दी बन जाए। ਇਹ ਤੁਸੀਂ ਦੇਖ ਸਕਦੇ ਜੇ ਵੱਡੇ ਚਨੇ ਜਿੰਨੇ ਆ, ਇਹ ਬਣਾਈ ਹੈ ਜਨਾਬ ਛੋਟੇ ਚੂਜ਼ਿਆਂ ਵਾਸਤੇ ਜੀ। ਤਾਂ ਦੋਸਤੋ ਆਪਣੀ ਦਵਾਈ ਤਿਆਰ ਹੋ ਚੁੱਕੀ ਹੈ, ਇਹ ਤੁਸੀਂ ਦੇਖ ਸਕਦੇ ਜੇ ਇਹਦੇ ਵਿੱਚ ਛੋਟੀਆਂ ਵੱਡੀਆਂ ਸਾਰੀਆਂ। ਇਹ ਆਪਣੀ ਫੁੱਲ ਸਾਈਜ਼ ਦੀ ਗੋਲੀ ਵੱਡੇ ਮੁਰਗੇ ਵਾਸਤੇ, ਕੈਮਰੇ ਦੇ ਵਿੱਚ ਤਾਂ ਛੋਟੀ ਨਜ਼ਰ ਆ ਰਹੀ ਲੇਕਿਨ ਉਂਝ ਕਾਫੀ ਵੱਡੀ ਹੈ। ਅਤੇ ਇਹ ਆਪਣੀ ਸਭ ਤੋਂ ਛੋਟੇ ਚੂਜ਼ੇ ਵਾਸਤੇ ਗੋਲੀ, ਨੀਚੇ ਗਿਰ ਗਈ ਉਠਾ ਲੈਣਾ। ਅਤੇ ਉਸ ਤੋਂ ਬਾਅਦ ਜਨਾਬ ਇਹ ਆਪਣੀ ਇਹ ਆਪਾਂ ਲੈਦਾ ਲੈਦਾ ਤਾਂ ਰੱਖੀਆਂ ਹੋਈਆਂ ਤਾਂ ਕਿ ਇਹ ਮਿਕਸ ਨਾ ਹੋ ਜਾਣ, ਕਿਉਂਕਿ ਜਦੋਂ ਇਹ ਨਾਲ ਜੁੜ ਗਈਆਂ ਤਾਂ ਇਹਨਾਂ ਨੇ ਖੁਸ਼ਕ ਹੋਣ ਤੋਂ ਬਾਅਦ ਪੱਥਰ ਬਣ ਜਾਣਾ। ਪੱਥਰ ਇੰਨਾ ਵੀ ਨਹੀਂ ਪੱਥਰ ਬਣਨ ਦੀਆਂ, ਲੇਕਿਨ ਇਹਨਾਂ ਯਾਨੀ ਕਿ ਸਖਤ ਹੋ ਜਾਣ ਦੀਆਂ। ਆਪਣੀ ਇੱਕ ਮੁਰਗੀ ਬਿਮਾਰ ਹੈ ਬੱਚਿਆਂ ਲਈ, ਅਤੇ ਉਹਨੂੰ ਜਾ ਕੇ ਆਪਾਂ ਦੇਣੀ ਹੈ, ਅਤੇ ਮੈਂ ਤੁਹਾਨੂੰ ਦਿਖਾਉਂਦਾ ਕਿ ਇਸ ਤਰ੍ਹਾਂ ਦੇਣੀ। ਇਹਨਾਂ ਨੂੰ ਜ਼ਰਾ ਖੁਸ਼ਕ ਹੋ ਲੈਂਦੇ ਹਾਂ ਅਤੇ ਫਿਰ ਆਪਾਂ ਮਿਲਦੇ ਹਾਂ। ਹਾਂ ਤਾਂ ਦੋਸਤੋ ਦਵਾਈ ਆਪਣੀ ਤਿਆਰ ਹੋ ਗਈ ਸੀ, ਖੁਸ਼ਕ ਹੋ ਚੁੱਕੀ ਸੀਗੀ, ਅਤੇ ਮੈਂ ਫੌਰੀ ਤੌਰ 'ਤੇ ਉਸ ਵਕਤ ਨਹੀਂ ਆ ਸਕਿਆ, ਅਤੇ ਹੁਣ ਅਸਰ ਦਾ ਟਾਈਮ ਆ, ਅਸਰ ਟਾਈਮ ਡੇਰੇ ਦੇ ਵਿੱਚ ਆਇਆ, ਅਤੇ ਮੁਰਗੀ ਆਪਣੀ ਅੱਗੇ ਨਾਲੋਂ ਥੋੜ੍ਹੀ ਜਿਹੀ ਤਕਰੀਬਨ ਠੀਕ ਹੈ, ਕਿਉਂਕਿ ਉਹਨਾਂ ਨੂੰ ਸੁਬਹਾ ਵੀ ਦਵਾਈ ਦਿੱਤੀ ਸੀਗੀ। ਅਤੇ ਆਪਾਂ ਹੁਣ ਮੁਰਗੀ ਨੂੰ ਗੋਲੀ ਦੇਣੀ ਆ, ਗੋਲੀ ਦੇਣ ਤੋਂ ਬਾਅਦ ਆਪਾਂ ਉਹਨੂੰ ਪਾਣੀ ਪਿਲਾਉਣਾ। ਗੋਲੀ ਦੇਣ ਤੋਂ ਬਾਅਦ ਪਾਣੀ ਲਾਜ਼ਮੀ ਹੈ, ਨਹੀਂ ਤਾਂ ਗੋਲੀ ਹੋ ਸਕਦਾ ਰਿਐਕਸ਼ਨ ਉਲਟਾ ਕਰ ਜੇ। ਗੋਲੀ ਦੇ ਵਿੱਚ ਕਾਫੀ ਗੋਲੀਆਂ ਆਪਾਂ ਮਿਕਸ ਕੀਤੀਆਂ, ਗੋਲੀ ਤੋਂ ਬਾਅਦ ਪਾਣੀ ਲਾਜ਼ਮੀ ਹੈ, ਅਤੇ ਮੈਂ ਤੁਹਾਨੂੰ ਦਿਖਾਉਂਦਾ ਵਾਂ। ਚਲੋ ਜੀ ਆਪਣੀ ਪੱਠੀ ਹੈ, ਅੱਗੇ ਤਾਂ ਬਿਲਕੁਲ ਗੁੰਮ ਸੁੰਮ ਜੀ ਹੋ ਕੇ ਖੜੋਤੀ ਰਹਿੰਦੀ ਸੀ, ਹੁਣ ਮਾਸ਼ਾਅੱਲਾ ਕਾਫੀ ਬਿਹਤਰ ਹੈ। ਅਤੇ ਹੁਣ ਆਪਾਂ ਇਹਨੂੰ ਗੋਲੀ ਦੇਣੇ, ਇਹ ਵੱਡਾ ਪੀਸ ਗੋਲੀ ਦਾ ਮੇਰੇ ਹੱਥ ਦੇ ਵਿੱਚ ਸਭ ਤੋਂ ਵੱਡਾ, ਇਹ ਆਪਾਂ ਨੂੰ ਗੋਲੀ ਦੇ ਦਿੱਤੀ, ਗੋਲੀ ਇਹਨੇ ਹਲਕ 'ਚ ਚਲੀ ਗਈ ਹੈ। ਅਤੇ ਹੁਣ ਇਹਨੂੰ ਆਪਾਂ ਪਾਣੀ ਪਿਲਾਉਂਦੇ ਹਾਂ। ਅਤੇ ਦਵਾਈ ਤੁਹਾਡੇ ਸਾਹਮਣੇ ਦੇ ਦਿੱਤੀ, ਦੇ ਚੁੱਕਿਆ ਮੁਰਗੀ ਨੂੰ, ਅਤੇ ਮੁਰਗੀ ਨੂੰ ਹਜੇ ਤੱਕ ਆਪਣੇ ਬੱਚਿਆਂ ਦੇ ਨਾਲ ਅੰਦਰ ਹੀ ਹੈ, ਅਤੇ ਉਹਨੂੰ ਮੈਂ ਖੁਦ ਬਾਹਰ ਨਹੀਂ ਕੱਢਦਾ, ਉਹ ਖੁਦ ਹੀ ਬਾਹਰ ਆਉਂਦੀ ਹੈ। ਅਤੇ ਯਾਨੀ ਕਿ ਆਪਣੇ ਮਾਹੌਲ 'ਚ ਜਿਸ ਤਰ੍ਹਾਂ ਐਡਜਸਟ ਰਹਿਣਾ ਚਾਹੇ ਉਸ ਤਰ੍ਹਾਂ ਰਹਿੰਦੀ ਹੈ। ਅਤੇ ਮੈਂ ਹੁਣ ਤਕਰੀਬਨ ਇੱਕ ਮਹੀਨੇ ਬਾਅਦ ਤੁਹਾਨੂੰ ਬੱਚਿਆਂ ਦਾ ਰਿਜ਼ਲਟ ਦਿਖਾਉਣ ਲੱਗਾ ਕਿ ਬੱਚੇ ਆਪਣੇ ਕਿਸ ਸਟੇਜ 'ਤੇ ਪਹੁੰਚ ਚੁੱਕੇ ਨੇ। ਅਤੇ ਕਾਫੀ ਜਿਹੜੇ ਆਪਣੇ ਪੁਰਾਣੇ ਸਬਸਕ੍ਰਾਈਬਰ ਨੇ ਉਹਨਾਂ ਨੇ ਤਾਂ ਦੇਖੇ ਹੋਣੇ, ਅਤੇ ਜਿਹੜੇ ਨਵੇਂ ਆਉਣ ਵਾਲੇ ਵੀਵਰਸ ਨੇ ਉਹਨਾਂ ਨੂੰ ਇੱਕ ਹੀ ਇਲਤਮਾਸ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਆਪਾਂ ਇੱਕ ਵੈਕਸੀਨ ਦੇ ਦਵਾਈਆਂ ਬਿਮਾਰੀਆਂ ਹਰ ਇੱਕ ਚੀਜ਼ ਆਪਾਂ ਇੱਕ ਚੂਜ਼ੇ ਨਹੀਂ ਜਦੋਂ ਦੇ ਨਿਕਲਵਾਏ ਨੇ ਉਹਨਾਂ ਦੀ ਡੇ ਬਾਏ ਡੇ ਅਪਡੇਟ ਦੇ ਰਹੇ ਹਾਂ। ਬਸ ਇੱਕ ਮਹੀਨੇ ਦਾ ਗੈਪ ਆ ਗਿਆ ਜਿਹਦੀ ਵਜ੍ਹਾ ਤੋਂ ਆਪਾਂ ਲੇਟ ਹੋ ਗਏ ਥੋੜ੍ਹਾ ਜਿਹਾ, ਕਿਉਂਕਿ ਕੁਛ ਪ੍ਰੋਬਲਮਸ ਚੱਲ ਰਹੀਆਂ ਸੀਗੀਆਂ ਪੇਪਰ ਵਗੈਰਾ। ਅਤੇ ਉਸ ਤੋਂ ਬਾਅਦ ਹੁਣ ਤੁਹਾਨੂੰ ਮੈਂ ਬਗੈਰ ਕੋਈ ਵਜੂਹਾਤ ਪੇਸ਼ ਕੀਤੇ ਆ ਬੱਚੇ ਦਿਖਾਉਂਦਾ ਵਾਂ। ਹਾਂ ਵੀ ਦੋਸਤੋ ਇਹ ਆਪਣੇ ਬੱਚੇ ਨੇ, ਇਹ ਤੁਹਾਡੇ ਸਾਹਮਣੇ ਨਾਰੀ ਖੜੋਤੇ ਹੋਏ ਨੇ, ਇਹ ਮਾਦੀ ਆਈ ਜਨਾਬ, ਪੰਜ ਨਰ ਚਾਰ ਮਾਦੀਆਂ, ਮਾਸ਼ਾਅੱਲਾ ਨੌ ਨਿਕਲੇ ਸੀ ਬੱਚੇ ਅਤੇ ਨੌ ਦੇ ਨੌ ਹੀ ਜਾ ਰਹੇ ਨੇ ਠੀਕ ਠਾਕ। ਇਹ ਤੁਸੀਂ ਦੇਖ ਸਕਦੇ ਜੇ ਮਾਸ਼ਾਅੱਲਾ ਬਹੁਤ ਹੀ ਜ਼ਿਆਦਾ ਫਿਲਹਾਲ ਫੁੱਲ ਐਕਟਿਵ ਅਤੇ ਫੁੱਲ ਅੱਛੇ ਜਾ ਰਹੇ ਨੇ। ਇਹ ਜਨਾਬ ਪੱਠੀ, ਬੱਚਿਆਂ ਦੇ ਨਜ਼ਦੀਕ ਨਹੀਂ ਕਿਸੇ ਨੂੰ ਵੀ ਆਉਣ ਦਿੰਦੀ। ਇਹਨਾਂ ਦਾ ਵੀ ਤੁਹਾਨੂੰ ਤਾਰਫ ਕਰਵਾਉਂਦੇ ਹਾਂ, ਇਹ ਵੀ ਜਨਾਬ ਨਾਰੇ ਨਹੀਂ ਹੱਥ 'ਚ ਆਇਆ। ਜੀ ਜਨਾਬ, ਅਤੇ ਹੁਣ ਮੈਨੂੰ ਮਾਸ਼ਾਅੱਲਾ ਰਿਜ਼ਲਟ ਤੁਹਾਡੇ ਦੋਸਤਾਂ ਦੇ ਸਾਹਮਣੇ ਵੀ ਹੋਣਾ, ਅਤੇ ਇੱਕ ਮਹੀਨੇ ਪਹਿਲਾਂ ਕੀ ਸੀਗੇ, ਅਤੇ ਇਹ ਮਹੀਨੇ ਪਹਿਲਾਂ ਵਾਲੀ ਵੀਡੀਓ ਮੈਂ ਪਿੱਛੇ ਲਗਾ ਦਿਆਂਗਾ ਵੀਡੀਓ ਦੇ ਐਂਡ 'ਤੇ, ਅਤੇ ਉਹ ਵੀ ਲਾਜ਼ਮੀ ਦੇਖਣਾ, ਅਤੇ ਹੁਣ ਵਾਲੀ ਵੀਡੀਓ ਵੀ ਲਾਜ਼ਮੀ ਦੇਖਣਾ, ਅਤੇ ਫਿਰ ਰਿਜ਼ਲਟ ਦੱਸਣਾ ਕੀ ਨਿਕਲਿਆ ਮਾਸ਼ਾਅੱਲਾ, ਅਤੇ ਗਰੋਥ ਕੈਸੀ ਜਾ ਰਹੀ ਹੈ ਇਹਨਾਂ ਨੂੰ। ਇਹਨਾਂ ਨੂੰ ਸਿਰਫ ਆਪਾਂ 4 ਕਿਲੋ ਫੀਡ ਖਿਲਾਈ ਆ, ਅਤੇ 4 ਕਿਲੋ ਫੀਡ ਤੋਂ ਬਾਅਦ ਹੁਣ ਇਹਨਾਂ ਦੀ ਫੀਡ ਬੰਦ ਕਰਤੀ, ਹੁਣ ਇਹਨਾਂ ਨੂੰ ਦੋ ਤਿੰਨ ਦਿਨ ਹੋ ਗਏ ਦਾਣੇ ਖਿਲਾ ਰਹੇ ਹਾਂ। ਦਾਣੇ ਖਿਲਾਉਣ ਤੋਂ ਬਾਅਦ ਇਹਨਾਂ ਨੂੰ ਫਿਰ ਆਪਾਂ ਮਿਕਸ ਖੁਰਾਕ ਲੈ ਕੇ ਆਵਾਂਗੇ। ਮਿਕਸ ਖੁਰਾਕ ਦੇ ਵਿੱਚ ਬਾਜਰਾ ਹੁੰਦਾ,
ਮਕਈ ਹੁੰਦੀ ਹੈ, ਚਾਵਲ ਹੁੰਦੇ ਨੇ, ਕਣਕ ਹੁੰਦੀ ਹੈ, ਅਤੇ ਇਹੋ ਜਿਹੀਆਂ ਯਾਨੀ ਕਿ ਤਮਾਮ ਚੀਜ਼ਾਂ ਮਿਲੀਆਂ ਹੁੰਦੀਆਂ ਸੋਇਆ ਫੀਡ ਤੋਂ। ਇਹ ਜਨਾਬ ਇਹਨਾਂ ਦਾ ਬਾਪ ਹੈ, ਦੇਖਿਆ ਹੋਇਆ ਲੇਕਿਨ ਇੱਕ ਦਫ਼ਾ ਫਿਰ ਦਿਖਾ ਦਿਆਂ। ਹਾਂਜੀ ਜਨਾਬ, ਇਹ ਆਪਣਾ ਕਿੰਗ ਸਾਈਜ਼ ਸ਼ਾਮੂ ਕਰੋਸ। ਇਹਦੇ ਪਿੱਛੇ ਆ ਠਿਕਰਾ, ਮੁਰਗੀ ਨੇ ਇਹਨੂੰ ਭਜਾ ਭਜਾ ਕੇ ਅਤੇ ਸਾਹ ਚੜ੍ਹਾਤਾ। ਨਹੀਂ ਤਾਂ ਫਰੈਸ਼ ਬੈਠੇ ਸੀ ਠੰਡੀ ਮਿੱਟੀ ਦੇ ਵਿੱਚ, ਮੁਰਗੀ ਹੁਣ ਆ ਕੇ ਬੱਚਿਆਂ ਦੇ ਨਾਲ ਛੱਡੀ ਅਤੇ ਉਹ ਆਉਂਦੇ ਹੀ ਬੱਚਿਆਂ ਦੇ ਨਜ਼ਦੀਕ ਕਿਸੇ ਨੂੰ ਆਉਣ ਹੀ ਨਹੀਂ ਦਿੰਦੀ। ਜੀ ਜਨਾਬ, ਅਤੇ ਰਿਜ਼ਲਟ ਤੁਸੀਂ ਲਾਜ਼ਮੀ ਦੱਸਣਾ ਹੈ ਕਿ ਬੱਚਿਆਂ ਦਾ ਕੈਸਾ ਨਿਕਲਿਆ ਅਤੇ ਇਹ ਦੋਨੇ ਚੀਜ਼ਾਂ ਕੈਸੀਆਂ। ਹੁਣ ਮੈਂ ਇਸ ਵਕਤ ਅੱਜ ਦੇ ਵਲੋਗ ਨੂੰ ਐਂਡ ਕਰ ਰਿਹਾ ਅਤੇ ਉਮੀਦ ਕਰਦਾ ਤੁਹਾਨੂੰ ਵੀਡੀਓ ਨੂੰ ਪਸੰਦ ਆਈ ਹੋਣੀ, ਅਤੇ ਅਗਰ ਨਹੀਂ ਪਸੰਦ ਆਈ ਤਾਂ ਮੈਨੂੰ ਨਹੀਂ ਪਤਾ, ਚੈਨਲ ਨੂੰ ਸਬਸਕ੍ਰਾਈਬ ਕਰੋ, ਉਹਦੇ ਨਾਲ ਜੰਗ ਕਰੋ, ਉਹਦੇ ਉੱਤੇ ਇੱਟਾਂ ਸਿੱਟੋ, ਉਹਦੇ ਉੱਤੇ ਵੱਟੇ ਮਾਰੋ, ਜਾਂ ਉਹਦੇ 'ਤੇ ਗੰਦੇ ਆਂਡੇ ਫੈਂਕੋ। ਬੈੱਲ ਆਈਕਨ ਪ੍ਰੈਸ ਹੋ ਜਾਣਾ ਚਾਹੀਦਾ, ਸਬਸਕ੍ਰਾਈਬ ਕਰ ਲਓ, ਲਾਲ ਤੋਂ ਗ੍ਰੇ ਕਰ ਲਓ, ਗ੍ਰੇ ਤੋਂ ਬੈੱਲ ਆਈਕਨ ਨੂੰ ਵੀ ਤੁਸੀਂ ਗ੍ਰੇ ਕਰਕੇ ਅਤੇ ਘੰਟੀ ਖੜਕਾ ਦੇਣੀ ਹੈ। ਅਤੇ ਉਸ ਤੋਂ ਬਾਅਦ ਮਜ਼ੀਦ ਇਨਸ਼ਾਅੱਲਾ ਤਾਲਾ ਹੁਣ ਆਪਾਂ ਰੈਗੂਲਰ ਵੀਡੀਓ ਦੇਵਾਂਗੇ, ਅਤੇ ਨੈਕਸਟ ਵੀਡੀਓ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਅਤੇ ਧਮਾਕੇਦਾਰ ਹੋਣ ਵਾਲੀ ਹੈ। ਜਿਹੜੀ ਚੀਜ਼ ਦਾ ਮੈਂ ਵਾਅਦਾ ਕੀਤਾ ਸੀ ਇਨਸ਼ਾਅੱਲਾ ਤਾਲਾ, ਉਹ ਜਲ ਨੈਕਸਟ ਵੀਡੀਓ ਦੇ ਵਿੱਚ ਮੈਂ ਅਪਡੇਟ ਦਿਆਂਗਾ। ਖਿਆਲ ਰੱਖਿਆ ਜੇ, ਫੀ ਮਾਨਿਲਾ, ਅੱਲਾ ਹਾਫਿਜ਼।